ਮੁਹੱਲੇ ਚੋਂ ਹੋ ਜਾਂਦਾ ਜੀ, ਮੰਨ ਲਾ ਪਿਛਲੇ ਗੇੜੇ 'ਚ 1,42,000 ਦੀ ਹੋਈ ਸੀ। 1,42,000 ਦੀ ਹੋ ਗਈ ਸੀ ਕਿੱਲੇ 'ਚ? ਹਾਂ, ਕਿੱਲੇ 'ਚੋਂ 1,42,000 ਦੀ। ਅੱਛਾ। ਹਾਂਜੀ ਦੋਸਤੋ, ਇਹ ਹੈ ਜੀ ਵਾਈਟ ਪੰਜਾਬ, ਚਿੱਟਾ ਪੰਜਾਬ ਕਹਿੰਦੇ ਆ। ਤੇ ਇਹ ਹੈਗੀ ਆ ਮੂਲੀ ਦੀ ਖੇਤੀ, ਤੇ ਸਾਡੇ ਬਠਿੰਡੇ ਇਲਾਕੇ ਵਿੱਚ ਕਈ ਥਾਵਾਂ ਤੇ ਮੂਲੀ ਦੀ ਖੇਤੀ ਹੁੰਦੀ ਆ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਜੁੜੇ ਹੋ ਅਣਖ ਦੇ ਨਾਲ। ਜਿਵੇਂ ਤੁਹਾਨੂੰ ਪਤਾ ਹੀ ਹੈ, ਆਪਾਂ ਪਿੱਛੇ ਦੇਖ ਰਹੇ ਹਾਂ ਤੁਸੀਂ ਚਿੱਟਾ ਪੰਜਾਬ, ਆਪਾਂ ਇੱਕ ਵੀਡੀਓ ਪਾਈ ਸੀਗੀ ਵੀ ਇਹ ਚਿੱਟਾ ਪੰਜਾਬ ਮੂਲੀ ਦੀ ਖੇਤੀ, ਅਤੇ ਕਾਫੀ ਲੋਕਾਂ ਨੇ ਕਮੈਂਟ ਕੀਤੇ ਸੀਗੇ ਵੀ ਇਹ ਖੇਤੀ ਆਪਣੇ ਪੰਜਾਬ 'ਚ ਹੁੰਦੀ ਨਹੀਂ। ਅਤੇ ਅੱਜ ਆਪਾਂ ਉਹਨਾਂ ਕਮੈਂਟਾਂ ਦੇ ਜਵਾਬ ਲਈ ਇਹ ਵੀਡੀਓ ਤਿਆਰ ਕਰ ਰਹੇ ਹਾਂ, ਅਤੇ ਗੱਲਬਾਤ ਕਰਨਗੇ ਡਾਕਟਰ ਸਾਹਿਬ, ਕਿਸਾਨ ਹਰਪ੍ਰੀਤ ਸਿੰਘ, ਪਿੰਡ ਬੰਗੀ ਰੁੱਗੂ, ਜ਼ਿਲ੍ਹਾ ਬਠਿੰਡਾ। ਅਤੇ ਉਹ ਪੂਰੀ ਜਾਣਕਾਰੀ ਦੇਣਗੇ, ਏਕੜ 'ਚੋਂ ਕਿੰਨੀ ਮੂਲੀ ਨਿਕਲਦੀ ਹੈ, ਕੀ ਰੇਟ ਮਿਲਦੀ ਹੈ, ਕਿੱਥੋਂ ਮਿਲਦੀ ਹੈ, ਕਿਵੇਂ ਬੀਜੀ ਦੀ ਹੈ, ਅਤੇ ਕਿਵੇਂ ਵੱਢੀ ਦੀ ਹੈ, ਅਤੇ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਦੇਵਾਂਗੇ। ਹਾਂਜੀ, ਵੀਡੀਓ ਸਾਰੀ ਦੇਖਣ ਤੋਂ ਪਹਿਲਾਂ ਆਪਣੇ ਅਣਖ ਚੈਨਲ ਨੂੰ ਯੂਟਿਊਬ 'ਤੇ ਸਬਸਕ੍ਰਾਈਬ ਕਰ ਲਓ, ਫੇਸਬੁੱਕ ਇੰਸਟਾਗ੍ਰਾਮ 'ਤੇ ਫੋਲੋ ਕਰ ਲਓ, ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਹਰ ਕਿਸਾਨ ਤੱਕ ਪਹੁੰਚ ਸਕੇ ਜਿਨ੍ਹਾਂ ਨੇ ਸਾਨੂੰ ਕੁਐਸਚਨ ਕੀਤੇ ਸੀਗੇ। ਅਜੋ ਕਰਦੇ ਹਾਂ ਸਟਾਰਟ। ਬਾਈ ਜੀ, ਅਣਖ ਚੈਨਲ 'ਤੇ ਬਾਈ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ। ਹੋਰ ਠੀਕ ਠਾਕ ਹੋ? ਹਾਂ, ਵਧੀਆ ਜੀ। ਅਤੇ ਅੱਜ ਸਾਨੂੰ ਜਾਣਕਾਰੀ ਦਿਓ ਵੀ ਇਹ ਮੂਲੀ ਆ ਕਿ ਮੂੰਗਰੇ ਆ ਕਿ ਸੂੰਗਰੇ ਆ, ਹੈ ਨਾ? ਪ੍ਰੋਪਰ ਜਾਣਕਾਰੀ ਦਿਓ ਅਤੇ ਆਪਣਾ ਨਾਮ ਦੱਸੋ ਅਤੇ ਲੋਕੇਸ਼ਨ ਅਤੇ ਪਿੰਡ। ਠੀਕ ਹੈ, ਮੇਰਾ ਨਾਮ ਹੈਗਾ ਜੀ ਹਰਪ੍ਰੀਤ ਸਿੰਘ ਜੀ। ਹਾਂਜੀ। ਅਤੇ ਇਹ ਖੇਤੀ ਮੰਨ ਲਾ ਹੈਗੀ ਮੂਲੀਆਂ ਦੀ। ਹਾਂਜੀ, ਮੂਲੀਆਂ ਦੀ। ਅੱਛਾ, ਮੂਲੀਆਂ ਦੀ ਖੇਤੀ ਹੈ ਇਹ? ਹਾਂਜੀ। ਸੂੰਗਰਿਆਂ ਦੀ ਨਹੀਂ ਜੀ? ਨਹੀਂ, ਸੂੰਗਰਿਆਂ ਦੀ। ਅੱਛਾ, ਅਤੇ ਕਦੋਂ ਤੋਂ ਤੁਸੀਂ ਕਰ ਰਹੇ ਹੋਗੇ? ਆਪਾਂ ਨੂੰ 12 ਸਾਲ ਹੋ ਗਏ। 12 ਸਾਲ ਹੋ ਗਏ ਤੁਹਾਨੂੰ ਇਹਦੀ ਖੇਤੀ ਕਰਦੇ ਹਨ? ਹਾਂਜੀ। ਅਤੇ ਐਕਚੁਲੀ ਕਿੰਨਾ ਬਾਂਹ ਲਾਇਆ ਤੁਸੀਂ ਆਸੇ ਪਾਸੇ? ਦੇਖ ਤਾਂ ਬਹੁਤ ਰਿਹਾ ਨਾ ਇਹ? ਹਾਂਜੀ, ਆਪਣੇ ਕੋਲ ਮਤਲਬ 14 ਕਿੱਲੇ ਬਾਂਹ ਆ ਜੀ। ਅੱਛਾ। ਅਤੇ 13 ਕਿੱਲੇ ਤਾਂ ਆਪਾਂ ਮੂਲੀ ਲਾਈ ਆ ਜੀ। ਅੱਛਾ। 1 ਕਿੱਲਾ ਪਾਲਕ ਲਾਈ। ਠੀਕ ਹੈ, 1 ਕਿੱਲਾ ਪਾਲਕ, 13 ਕਿੱਲੇ ਮੂਲੀ ਆ। ਆਸੇ ਪਾਸੇ ਕੈਮਰਾ ਮਾਰਦੇ ਭੁੱਲਰ ਸਾਹਿਬ, ਪਤਾ ਲੱਗੇ ਬਾਈ ਦੇ ਵਾਕੇ ਵੀ ਲੱਗੀ ਹੋਈ ਹੈ ਨਾ। ਅਤੇ ਤੁਹਾਨੂੰ ਹੋ ਗਏ ਲਾਉਂਦੇ ਨੂੰ ਇਹ 12 ਸਾਲ ਹੋ ਗਏ ਨਾ? ਇਹਦੇ ਵਿੱਚ ਬਾਈ ਮਤਲਬ ਕਿ ਕਿਹੜੇ ਮਹੀਨੇ ਇਹ ਲੱਗਦੀ ਹੈ? ਇਹ ਬਸ ਹੀ ਲੱਗਦੀ ਆ, ਕਣਕ ਵੇਲੀ ਲੱਗਦੀ ਜਦੋਂ ਆਪਾਂ ਮੱਲਾ ਕਣਕ ਦੀ ਬਿਜਾਈ। ਅੱਛਾ, ਜਦੋਂ ਆਪਾਂ ਸਟਾਰਟਿੰਗ ਕਰਦੇ ਹਾਂ ਜੀ, ਕਣਕ ਦੀ ਬਿਜਾਤ ਵੇਲੇ ਸ਼ੁਰੂ ਹੋ ਜਾਂਦੀ ਇਹਦੀ ਬਿਜਾਤ ਵੀ? ਸ਼ੁਰੂ ਹੋ ਜਾਂਦੀ। ਪ੍ਰੀਤ ਬਾਈ, ਇਹਦੇ ਲਾਉਣ ਦਾ ਕੀ ਤਰੀਕਾ ਗਾ? ਬਾਈ ਲਾਉਣ ਦਾ ਤਰੀਕਾ ਇਹ, ਪਹਿਲਾਂ ਤਾਂ ਲਾਉਂਦੇ ਸੀ ਆਪਾਂ ਚੁੰਡਗਾਂ ਨਾਲ ਜੀ। ਅੱਛਾ, ਪੱਟਾਂ ਪਾ ਕੇ। ਠੀਕ ਆ। ਅਤੇ ਉਹਦੇ ਨਾਲ ਤਾਂ ਫਿਰ ਤੁਹਾਨੂੰ ਲੇਬਰ ਵਾਹਵਾ ਪੈ ਜਾਂਦੀ ਲਾਉਣ ਵਾਸਤੇ? ਉਹਦੇ ਨਾਲ ਲੇਬਰ ਬਹੁਤ ਪੈਂਦੀ। ਅੱਛਾ, ਮੰਨ ਲਾ ਕਿੱਲੇ 'ਚ 10-12 ਬੰਦੇ ਲੱਗ ਹੀ ਜਾਂਦੇ। ਅੱਛਾ, ਚੁੰਡੀਆਂ ਨਾਲ ਲਾਉਂਦੇ ਸੀ? ਚੁੰਡੀਆਂ ਨਾਲ। ਅੱਛਾ, ਵੱਟਾਂ ਬਣਾ ਕੇ? ਹਾਂ, ਵੱਟਾਂ ਪਾ ਕੇ। ਅੱਛਾ, ਅਤੇ ਹੁਣ ਮਸ਼ੀਨਾਂ ਆ ਗਈਆਂ ਜੀ। ਅੱਛਾ, ਅਤੇ ਹੁਣ ਮਸ਼ੀਨਾਂ ਨਾਲ ਜੀ। ਅੱਛਾ, ਹੁਣ ਆਪਣੇ ਏਰੀਏ 'ਚ ਇਹ ਮੈਨੂੰ ਲੱਗਦਾ ਤੁਸੀਂ ਤੁਹਾਡੀ ਵੀ ਅਤੇ ਹੋਰ ਵੀ ਲੱਗੀ ਆਸੇ ਪਾਸੇ, ਅਤੇ ਉਹ ਮਸ਼ੀਨ ਨਾਲ ਹੀ ਬਜਾਂਦ ਕੀਤੀ ਵੀ? ਹਾਂ, ਮਸ਼ੀਨ ਆਪ ਹੀ ਕੀਤੀ ਜੀ ਸਾਰੇ। ਅੱਛਾ, ਵੱਟਾਂ ਬਣਾ ਕੇ? ਵੱਟਾਂ ਪਾ ਕੇ। ਅੱਛਾ, ਵੀ ਉਹ ਉਸ ਹਿਸਾਬ ਨਾਲ ਕਿੱਲੇ ਦਾ ਵੀ ਮਸ਼ੀਨ ਆਪੇ ਪਾਈ ਜਾਂਦੀ ਆ? ਹਾਂ। ਕਿੰਨੇ ਕਿੱਲੇ ਮਾਰ ਕਿੰਨਾ ਵੀ ਪੈ ਜਾਂਦਾ? ਇਹ ਮੰਨ ਲਾ ਜੀ ਮਸ਼ੀਨਾਂ ਦਾ ਪੈਂਦਾ ਜੀ 350 ਗ੍ਰਾਮ। ਅੱਛਾ, ਠੀਕ ਆ। 350 ਗ੍ਰਾਮ ਨਾਲ ਮਤਲਬ ਕਿੱਲਾ ਬੀਜਿਆ ਜਾਂਦਾ। ਠੀਕ ਆ। ਅਤੇ ਪਹਿਲਾਂ ਚੁੰਡਗਾਂ ਨਾਲ ਜੀ ਮੰਨ ਲਾ ਇੱਕ ਪੈਡਕ ਮਤਲਬ 700 ਗ੍ਰਾਮ ਦਾ ਪੈਕਿੰਗ ਆਉਂਦੀ ਸੀ। ਅੱਛਾ, ਉਹ 700 ਗ੍ਰਾਮ ਵਾਲੀ ਪੈਕਿੰਗ ਹੀ ਪੈ ਜਾਂਦੀ ਸਾਰੀ। ਅੱਛਾ, ਹੋਰ ਬਈ ਇਹਦਾ ਜੀ ਕੋਈ ਬਿਮਾਰੀ ਸ਼ਮਾਰੀ ਇਹਨੂੰ ਕੋਈ? ਬਿਮਾਰੀ ਸ਼ਮਾਰੀ ਤਾਂ ਹੋਰ ਬਈ ਕੋਈ ਨਹੀਂ ਪੈਂਦੀ, ਜ਼ਿਆਦਾ ਬਸ ਤੇਲੇ ਦੀ ਸਪਰੇ ਹੁੰਦੀ। ਅੱਛਾ, ਤੇ ਇੱਕ ਐਂਡ ਤੇ ਸੁੰਡੀ ਵਾਲੀ ਹੁੰਦੀ। ਅੱਛਾ, ਜਿਵੇਂ ਫੰਗੀ ਸਾਈਡ ਵਗੈਰਾ ਹੋ ਗਈ? ਹਾਂ ਜੀ, ਉਹ ਹੀ ਪੈਂਦੀ ਹੈ ਜਾਂ ਫੰਗੀ ਸਾਈਡ ਜੀ? ਅੱਛਾ, ਜਿਵੇਂ M24 ਦੀ ਸਪਰੇ ਕਰ ਦਿੰਦੇ ਜੀ। ਠੀਕ ਆ। ਇਹ ਤੇ ਇੱਕ ਹਰਪ੍ਰੀਤ ਬਾਈ ਇਹਦਾ ਕੋਈ ਜਿਵੇਂ ਸੁਣਨ 'ਚ ਆਇਆ ਸੀ ਕਿ ਮੇਲ ਫੀਮੇਲ ਦਾ ਵੀ ਕੋਈ ਤਰੀਕਾ ਹੁੰਦਾ ਲਾਉਣ ਦਾ? ਮੇਲ ਫੀਮੇਲ ਹੈਗਾ ਜੀ। ਅੱਛਾ, ਉਹਦਾ ਕੀ ਸਿਸਟਮ ਹੁੰਦਾ? ਉਹਦਾ ਐਂ ਜੀ ਮੰਨ ਲਾ ਮੇਲ ਫੀਮੇਲ ਨਾਲ ਜੀ ਮੱਖੀ ਨਾਲ ਕਰੋਸਿੰਗ ਹੁੰਦੀ ਹੈ। ਅੱਛਾ,
ਮੱਕੀ ਨਾਲ ਜੀ, ਮੱਕੀ ਹੋਈ, ਮੱਸਰ ਹੋਇਆ, ਹਾਂ ਹਾਂ, ਇਹਦੇ ਨਾਲ ਕ੍ਰੋਸਿੰਗ ਹੁੰਦੀ। ਅੱਛਾ, ਇਹ ਫਿਰ ਤੁਹਾਨੂੰ ਤਜਰਬਾ ਆ ਗਿਆ ਹੁਣ ਤਾਂ ਨਾ ਲਾਉਣ ਦਾ ਵੀ? ਬਹੁਤ ਤਜਰਬਾ। ਹਾਂ ਵੀ ਜਦੋਂ ਪਹਿਲੇ 2-3 ਸਾਲ ਤਾਂ ਦਿੱਕਤ ਆਈ ਹੋਣੀ ਆ। 2 ਸਾਲ ਤਾਂ ਦਿੱਕਤ ਬਹੁਤ ਆਈ ਸੀ ਵੀ ਐਂ ਸੀ ਵੀ ਐਕਚੀ ਲਾਉਂਦੇ ਨਹੀਂ ਗਏ, ਔਖੇ ਬਹੁਤ ਹੋਏ ਸੀ, ਲੇਬਰ ਵਾਲਾ ਕੰਮ ਹੀ ਔਖਾ। ਹਾਂ ਹਾਂ, ਬਾਕੀ ਮਸ਼ੀਨਰੀ ਨੇ ਥੋੜ੍ਹਾ ਆਸਾਨ ਕਰਤਾ ਨਾ ਕੰਮ, ਹੈ ਨਾ? ਹਾਂ ਮਸ਼ੀਨਰੀ ਬਹੁਤ ਹੀ। ਹਾਂ, ਅਤੇ ਹਰਪ੍ਰੀਤ ਦਾ ਮੇਲ ਫੀਮੇਲ ਦਾ ਫਿਰ ਲਾਉਣ ਦਾ ਕੀ ਸਿਸਟਮ ਹੋਵੇਗਾ? ਹਾਂਜੀ, ਇਹਦਾ ਹੀ ਮੰਨ ਲਾ ਜੀ, 1 ਵੱਟ ਤਾਂ ਮੇਲ ਦੀ ਹੁੰਦੀ ਹੈ ਜੀ। ਅੱਛਾ, ਅਤੇ 4 ਵੱਟਾਂ ਹੁੰਦੀਆਂ ਜੀ ਫੀਮੇਲ ਦੀਆਂ ਜੀ। ਅੱਛਾ, ਫੀਮੇਲ ਦੀਆਂ। ਅੱਛਾ, ਫੀਮੇਲ ਦੀਆਂ 4 ਵੱਟਾਂ, 4 ਵੱਟਾਂ ਅਤੇ ਮੇਲ ਦੀਆਂ 1 ਵੱਟ, 1 ਵੱਟ ਜੀ। ਅੱਛਾ ਅੱਛਾ, ਵੀ ਇਹ ਮੂਲਾ ਅਤੇ ਮੂਲੀ ਕਹਿ ਸਕਦੇ ਹਾਂ ਪੰਜਾਬੀ ਆਪਾਂ ਠੇਠ ਭਾਸ਼ਾ 'ਚ ਨਾ? ਹਾਂਜੀ, ਅਤੇ ਪਹਿਲਾਂ ਮੂਲਾ ਵੱਢਣਾ ਪੈਂਦਾ ਕਿ ਮੂਲੀ? ਆਪਾਂ ਪਹਿਲਾਂ ਮੂਲਾ ਵੱਢਣਾ ਪੈਂਦਾ ਜੀ। ਅੱਛਾ, ਫਿਰ ਇਹਨੇ 4 ਵੱਟਾਂ ਮੂਲੀ ਦੀਆਂ ਹੁੰਦੀਆਂ? 4 ਵੱਟਾਂ ਜੀ, ਉਹ ਮੰਨ ਲਾ ਰੱਖਣੀਆਂ ਪੈਂਦੀਆਂ ਜੀ। ਅੱਛਾ, ਅਤੇ ਉਹਨੂੰ ਮੰਨ ਲਾ ਵੀ ਜਦੋਂ ਮੰਨ ਲਾ ਜੀ ਪੱਕ ਗਈ ਉਦੋਂ ਵੱਢਣੀ ਪੈਂਦੀ। ਅੱਛਾ, ਵਿਕਰੀ 'ਚ ਤਾਂ ਦੋਨੇ ਆਉਂਦੇ ਹੋਣਗੇ ਇਹ? ਨਾ ਜੀ, ਮੰਨ ਲਾ ਇਕੱਲੀ ਮੂਲੀ ਆਉਂਦੀ ਹੈ ਜੀ। ਅੱਛਾ, ਮੂਲੇ ਦਾ ਵੱਢ ਕੇ ਆਪਾਂ ਨੂੰ ਸਿੱਟਣੀ ਪਊਗੀ। ਅੱਛਾ, ਉਹ ਵੇਸਟ ਹੀ ਖਰਾਬ ਹੀ ਜਾਂਦਾ? ਖਰਾਬ ਹੀ, ਜਿਹੜਾ ਮੂਲੇ ਦਾ ਬੀਜ ਹੁੰਦਾ ਉਹ ਕੰਮ ਨਹੀਂ ਆਉਂਦਾ ਕਿਸੇ, ਮਤਲਬ ਨਾ ਹੀ ਉਹ ਕੰਮ ਨਹੀਂ ਆਉਂਦਾ। ਅੱਛਾ, ਜਿਹੜਾ ਮੂਲੀ ਜਿਹੜੀ 4 ਵੱਟਾਂ ਉਹੀ ਕੰਮ ਆਉਂਦੀਆਂ? ਉਹੀ ਕੰਮ ਆਉਂਦਾ। ਅੱਛਾ, ਜਿਹੜੀ 1 ਵੱਟ ਐਕਸਟਰਾ ਤੁਸੀਂ ਪਾਉਣੇ ਹੋਗੇ ਮਤਲਬ ਮੁਕੱਲੇ ਮੂਲੇ ਦੀ? ਹਾਂਜੀ, ਉਹ ਐਵੇਂ ਜਾਂਦੀ ਆ? ਉਹ ਐਵੇਂ ਜਾਂਦੀ, ਉਹ ਆਪਾਂ ਮੰਨ ਲਾ ਜੇ ਰੱਖਣੀ ਵੀ ਹੈ ਜੀ। ਹਾਂ, ਪਕਾ ਕੇ ਮੰਨ ਲਾ ਵੀ ਆਪਾਂ ਤੇਲ ਵੀ ਕਢਾ ਸਕਦੇ ਹਾਂ। ਅੱਛਾ, ਤੇਲ ਵੀ ਕਢਾ ਆਪਾਂ ਵਰਤੋਂ 'ਚ ਲਿਆ ਸਕਦੇ ਹਾਂ, ਮਤਲਬ ਜਿਵੇਂ ਸਬਜ਼ੀ 'ਚ ਪਾਉਣਾ ਹੁੰਦਾ ਜੀ। ਹਾਂ, ਉਹ ਢੂਈ ਖਾਤਰ ਚੰਗਾ ਜੀ। ਅੱਛਾ, ਤਾਂ ਤੂੰ ਬਹੁਤ ਵਧੀਆ ਗੱਲ ਕਹੀ ਯਾਰ, ਜੇ ਕਿਸੇ ਢੂਈ 'ਚ ਦਰਦ ਆ ਉਹਦੇ 'ਚ ਆਪਾਂ ਜਿਹੜਾ ਮੂਲੇ ਦਾ ਬੀ ਬਣਾ ਲਾਂਗੇ ਆਪਾਂ ਉਹਦਾ, ਅਤੇ ਉਹਦੀ ਵਰਤੋਂ ਆਪਾਂ ਸਬਜ਼ੀ ਦਾ ਤੜਕਾ ਤੁੜਕਾ ਲਾ ਸਕਦੇ ਹਾਂ। ਤੜਕਾ ਲਾ ਦੇ, ਸਰੋਂ ਨਾਲ ਬਹੁਤ ਚੰਗੀ ਚੀਜ਼ ਹੈ, ਸਰੋਂ ਨਾਲ ਵੀ ਚੰਗੀ। ਜਿਵੇਂ ਆਪਾਂ ਮੰਨ ਲਾ ਪਸ਼ੂਆਂ ਨੂੰ ਕਿੰਨੇ ਕਰਦੇ, ਉਹਨਾਂ ਲਈ ਵੀ ਚੰਗੀ ਹੈ। ਅੱਛਾ, ਜਿਵੇਂ ਖਾਲ ਵੀ ਬਣਾ ਸਕਦੇ ਜੀ ਆਪਾਂ। ਹਾਂ, ਉਹ ਚੀਜ਼ ਹੈ। ਅੱਛਾ, ਉਹ ਐਕਚੀ ਅਸੀਂ ਮੰਨ ਲਾ ਉਹ ਕਰਾਂਗੇ ਜੀ, ਰੱਖਾਂਗੇ। ਅੱਛਾ, ਅਤੇ ਇੱਕ ਇਹਦਾ ਮਤਲਬ ਕਿ ਜਿਹੜੀ ਮੰਡੀਕਰਨ ਆ, ਜਿਵੇਂ ਹੁਣ ਅਲੱਗ ਜਿਹੀ ਫਸਲ ਆ ਪੰਜਾਬ ਦੇ ਵਿੱਚ, ਹੈ ਨਾ? ਹਾਂਜੀ, ਇਹ ਤਾਂ ਫਿਰ ਮੰਡੀਕਰਨ ਦਿੱਕਤ ਆਉਂਦੀ ਹੋਊ ਬਹੁਤ। ਹਾਂਜੀ, ਇਹਦਾ ਮੰਨ ਲਾ ਜੀ ਐਗਰੀਮੈਂਟ ਹੁੰਦਾ ਜੀ। ਅੱਛਾ, ਤੁਹਾਡੀ ਐਗਰੀਮੈਂਟ ਵਾਲੀ ਇਹ? ਐਗਰੀਮੈਂਟ ਵਾਲੀ। ਅੱਛਾ, ਫਿਰ ਤਾਂ ਕੋਈ ਦਿੱਕਤ ਆਉਂਦੀ ਨਹੀਂ ਹੁੰਦੀ? ਨਾ ਨਾ, ਫਿਰ ਕੋਈ ਦਿੱਕਤ ਨਹੀਂ। ਅੱਛਾ, ਐਗਰੀਮੈਂਟ ਦੇ ਵਿੱਚ ਕੀ ਪ੍ਰੋਸੈਸ ਰਹਿੰਦਾ ਤੁਹਾਡਾ ਫਿਰ ਇਹ? ਇਹ ਐਗਰੀਮੈਂਟ ਮੰਨ ਲਾ ਜੀ ਉਹਨਾਂ ਨਾਲ ਮੰਨ ਲਾ ਕੰਟੈਕਟ ਹੁੰਦਾ ਜੀ। ਅੱਛਾ, ਕੰਪਨੀ ਨਾਲ? ਠੀਕ ਆ, ਮੰਨ ਲਾ ਇਹ ਸੁਹਾਨੀ ਸੀਡ ਕੰਪਨੀ ਹੈ। ਅੱਛਾ, ਉਹਨਾਂ ਨਾਲ ਤੁਹਾਡਾ ਐਗਰੀਮੈਂਟ ਆ ਵੀ ਤੁਸੀਂ ਕਿੰਨੇ ਚਿਰ ਦੀ ਕਰਕੇ ਦੇਣੀ ਹੁੰਦੀ ਉਹਨੂੰ, ਪਕਾ ਕੇ ਦੇਣੀ ਹੁੰਦੀ ਪੂਰੀ? ਹਾਂ, ਉਹਨਾਂ ਨੂੰ ਪਕਾ ਕੇ ਦੇਣੀ। ਅੱਛਾ, ਕੱਟ ਕੇ ਵੱਢ ਕੇ ਸਾਰਾ ਕੁਝ ਤੁਸੀਂ ਬੀ ਪਾਉਣੀ ਦਾ ਕਰਨਾ ਉਹਨੂੰ ਇਕੱਲਾ? ਹਾਂ, ਬਸ ਬੀ ਆਪ ਹੀ ਲੈ ਜਾਂਦੇ ਜੀ। ਅੱਛਾ, ਬੀ ਆਪ ਲੈ ਜਾਂਦੇ? ਆਪ ਹੀ ਲੈਂਦੇ ਆ, ਬਾਕੀ ਦੇਖਭਾਲ ਵੀ ਉਹਨਾਂ ਨੇ ਕਰਨੀ ਹੈ ਜੀ। ਅੱਛਾ, ਅਤੇ ਇਹਨੂੰ ਕੱਢਦੇ ਕਾਹਦੇ ਨਾਲ ਫਿਰ? ਇਹਨੂੰ ਥਰੈਸਰ ਨਾਲ ਕੱਢਦੇ? ਥਰੈਸਰ ਨਾਲ ਕੱਢ ਦੇਵੇ? ਹਾਂਜੀ, ਠੀਕ ਆ। ਅਤੇ ਫਿਰ ਕੱਢਦੇ ਲੇਬਰ ਨਾਲ ਹੀ ਕਟਾਉਂਦੇ ਹੋਗੇ ਇਹਨੂੰ? ਨਾ ਜੀ, ਮਤਲਬ ਮਸ਼ੀਨ ਹੈਗਾ ਜੀ, ਕੱਟਰ ਹੈਗਾ ਜੀ ਆਪਣੇ। ਅੱਛਾ, ਕੱਟਰ ਨਾਲ ਕੱਟ ਕੇ ਇਹਨੂੰ, ਕੱਟਰ ਵੀ ਤੁਹਾਡੇ ਕੋਲ ਹੈਗਾ? ਹਾਂ ਜੀ। ਉਦੋਂ ਬਾਅਦ ਥਰੈਸਰ ਨਾਲ ਤੁਸੀਂ ਇਹਨੂੰ ਕੱਢ ਲੈਣਾ? ਹਾਂ, ਕੱਢਦੇ ਜੀ ਨਾਲ ਨਾਲ, ਮਤਲਬ ਲੇਬਰ ਹੁੰਦੇ ਮਤਲਬ 10 ਕੁ ਜਣੇ ਰੱਖ ਲੈਣੇ ਜੀ। ਹਾਂ ਹਾਂ, ਪਿੱਛੇ ਭਰੀਆਂ ਪਾਈ ਜਾਂਦੇ। ਠੀਕ ਹੈ, ਅਤੇ ਇਹਦੀ ਕਟਾਈ ਜਿਵੇਂ ਆਪਾਂ ਸਰੋਂ ਦੀ ਕਰਦੇ ਹਾਂ ਉਸੇ ਲੋਟੀ ਹੈ ਕਿ ਕੋਈ ਹੋਰ ਤਰੀਕਾ? ਨਾ, ਬਸ ਇਹਦੇ ਨਾਲ ਹੀ ਮੰਨ ਲਾ ਇਹਦੇ ਨਾਲ ਕੱਟਣਾ ਵਾ, ਕੱਟਦੇ ਜੀ ਮਤਲਬ ਥੱਲਿਓਂ। ਹਾਂ ਹਾਂ, ਅਤੇ ਉਤਲਾ ਉਤਲਾ ਤਾਂ ਤੁਸੀਂ ਦਾ ਹਿੱਸਾ ਜਿਹੜਾ ਵਿੱਚ ਆ ਜਾਂਦਾ ਨਾ? ਜੇ ਮੰਨ ਲਾ ਜੀ ਆਪਾਂ ਦਸਤਕਾਂ ਨਾਲ ਮਤਲਬ ਵੱਢਦੇ ਕਰਦੇ ਹਾਂ, ਉਹਦੇ ਨਾਲ ਮਤਲਬ ਝੜੂ ਵੱਧ ਜੀ। ਅੱਛਾ, ਵੱਧ ਝਾੜ ਚੜ੍ਹਦਾ? ਹਾਂ, ਬੀ ਵਾਲਾ ਝੜਦਾ ਜੀ। ਕਿਉਂ ਜਦੋਂ ਮੰਨ ਲਾ ਜੀ ਲੇਬਰ ਖਿੱਚਦੀ ਹੈ ਜੀ, ਉਦੋਂ ਫਿਰ ਮੂੰਗਰੇ ਵਾਲੇ ਝੜਦੇ। ਅਤੇ ਹਰਪ੍ਰੀਤ, ਕੱਟਣ ਤੋਂ ਬਾਅਦ ਇਹਦੀ ਕੋਈ ਜਿਹੜੇ ਥੱਲੇ ਮੂਲਾ ਮੂਲੀ ਰਹਿ ਜਾਂਦੇ ਆ ਨਾ? ਹਾਂਜੀ, ਕਰਕੇ ਉਹਦੀ ਕੋਈ ਰੇਹੂ ਕੋਈ ਵਾਹਣ ਵਾਸਤੇ ਕੋਈ ਬੈਨੀਫਿਟ ਹੋਊ, ਚੰਗਾ ਲਾਭ ਵੀ ਹੋਊਦਾ ਕੋਈ? ਹਾਂ, ਉਹਦਾ ਲਾਭ ਵੀ ਬਹੁਤ ਆ ਜੀ, ਹੈ ਨਾ? ਰੇਹ ਵੀ ਬਣਦੀ ਹੋਊਗੀ ਯਾਰ, ਹੈ ਨਾ? ਮੂਲੀਆਂ ਜਿਹੜੀਆਂ ਥੱਲੇ ਧਰਤੀ 'ਚ ਰਹਿ ਜਾਂਦੀਆਂ? ਆਪਾਂ ਝੋਨਾ ਲਾਉਣੇ ਜੀ ਇੱਥੇ। ਅੱਛਾ, ਅਤੇ ਮੰਨ ਲਾ ਪਹਿਲਾਂ ਆਪਣੇ ਮੰਨ ਲਾ 60-65 ਮਾਣਾ ਇੰਨੀ ਨਿਕਲਦਾ ਆਪਣੀ ਮੋਟਰ ਦਾ ਪਾਣੀ ਸੀ। ਠੀਕ ਆ, ਐਕਚੀ ਮੰਨ ਲਾ 99-92 ਮਾਣਾ। ਅੱਛਾ, ਮੂਲੀਆਂ ਵਾਲੇ ਬਾਂਹ 'ਚੋਂ? ਮੂਲੀਆਂ ਵਾਲੇ ਬਾਂਹ 'ਚੋਂ, ਕਿਉਂਕਿ ਜਿਹੜੇ ਹੁਣ ਇਹਦੇ ਪੱਤੇ ਪੁੱਤੇ ਹੁੰਦੇ ਜੀ, ਸਭ ਮੰਨ ਲਾ ਵੀ ਥੱਲੇ ਹੁੰਦੇ ਧਰਤੀ 'ਤੇ, ਜਿੰਨੀ ਰਹਿੰਦ ਖੁੰਦ ਰਹਿ ਜਾਂਦੀ ਆ ਸਾਰੀ ਵਿੱਚ ਵਾਹੀ ਜਾਂਦੀ ਆ, ਵਿੱਚ ਵਾਹੀ, ਤੱਤ ਪੂਰੇ ਹੋ ਜਾਂਦੇ ਧਰਤੀ 'ਤੇ। ਹਾਂ ਜੀ, ਅਤੇ ਹਰਪ੍ਰੀਤ ਹੁਣ ਆਪਾਂ ਗੱਲ ਕਰਦੇ ਹਾਂ ਨਾ ਝਾੜ 'ਤੇ,
ਜਿਹੜੀ ਮਤਲਬ ਕਿ ਜਿਹਦੀ ਪਿੱਛੇ ਆਪਾਂ ਭੱਜ ਨੱਠ ਕਰਦੇ ਹਾਂ, ਝਾੜ ਫਿਰ ਦਾ ਕਿੱਲੇ ਮਾਰ ਕਿੰਨਾ ਕੁ ਹੋ ਜਾਂਦਾ ਬਾਈ? ਝਾੜ ਇਹਦਾ ਕਿੱਲੇ ਮਗਰ ਹੋ ਜਾਂਦਾ ਜੀ, ਮੰਨ ਲਾ 6-20 ਹੋ ਜਾਂਦਾ ਜੀ, ਮੰਨ ਲਾ 7 ਤੇ ਵੀ ਵਗ ਜਾਂਦਾ ਜੀ। 6 ਕੁਆਟਲ ਜਾਂ 7 ਕੁਆਟਲ? 7, ਠੀਕ। ਮੰਨ ਲਾ ਜੇ ਕੋਈ ਮੱਖੀ ਨਹੀਂ ਆਉਂਦੀ ਕਰਦੀ, ਮੰਨ ਲਾ 5 ਕੁਆਟਲ ਤੱਕ ਵੀ ਮੰਨ ਲਾ ਰਹਿ ਜਾਂਦਾ ਜੀ, ਉਹ ਬੰਦੇ ਦੇ ਕਰਨ ਦੇ ਸਾਰੇ, ਬਾਕੀ ਮੌਸਮ ਤੇ ਡਿਪੈਂਡ ਹੈ ਜੀ। ਠੀਕ ਹੈ। ਤੇ ਕਈ ਵਾਰੀ ਹੁਣ ਆਪਣੀ ਵੀਡੀਓ ਦੇਖ ਕੇ ਕਈ ਕਿਸਾਨ ਭਰਾਵਾਂ ਦਾ ਹੋਰ ਵੀ ਜੀ ਕਰੂ ਯਾਰ ਵੀ ਅਸੀਂ ਵੀ ਇਹ ਫਸਲ ਲਾ ਕੇ ਦੇਖੀ ਹੈ ਨਾ, ਤੇ ਕਿੱਲੇ 'ਚੋਂ ਕਿੰਨੀ ਕੁ ਨਿਕਲ ਜਾਂਦੀ ਹੈ ਇਹ? ਕਿੱਲੇ 'ਚੋਂ ਹੋ ਜਾਂਦਾ ਜੀ, ਮੰਨ ਲਾ ਪਿਛਲੇ ਗੇੜੇ 'ਚ 1,42,000 ਦੀ ਹੋਈ ਸੀ। 1,42,000 ਦੀ ਹੋ ਗਈ ਸੀ ਕਿੱਲੇ 'ਚੋਂ? ਹਾਂ, ਕਿੱਲੇ 'ਚੋਂ 1,42,000 ਦੀ। ਅੱਛਾ। ਅਤੇ ਨਹੀਂ, ਆਮ ਲੱਖ ਤੋਂ ਤਾਂ ਮਤਲਬ ਪਲੱਸ ਹੀ ਹੁੰਦੀ ਹੈ। ਅੱਛਾ, ਮਤਲਬ ਕਿ ਚੰਗੀ ਖੇਤੀ ਹੈ ਜੇ ਆਪਾਂ ਦੇਖਿਆ ਜਾਵੇ ਤਾਂ ਨਾ। ਹਾਂ ਜੀ, ਬਹੁਤ। ਅਤੇ ਜੇ ਹੁਣ ਇਹ ਆਪਣੇ ਕਈ ਭਰਾ ਹੋਰ ਵੀ ਜੀ ਕਰੂ ਯਾਰ ਆਪਾਂ ਵੀ ਲਾ ਗਏ ਹੈ ਨਾ, ਕੀ ਤਰੀਕਾ ਉਹਨਾਂ ਲਾਉਣ ਦਾ ਵੀ ਐਗਰੀਮੈਂਟ ਤੋਂ ਬਿਨਾਂ ਕਈ ਲਾ ਲੈਣ, ਉਹਦਾ ਤਾਂ ਨੁਕਸਾਨ ਹੀ ਹੈ ਕਿ ਫਾਇਦਾ? ਹਾਂ, ਉਹਦਾ ਤਾਂ ਨੁਕਸਾਨ ਆ ਜੀ, ਮੰਨ ਲਾ ਕੰਪਨੀ ਪੁੱਛੂਗੀ ਮੰਨ ਲਾ ਵੀ ਕਿੱਥੋਂ ਲਿੱਤਾ ਜੀ। ਹਾਂ, ਵੀ ਤੁਹਾਡੇ ਕਹਿਣ ਮੁਤਾਬਕ ਵੀ ਐਗਰੀਮੈਂਟ ਵਾਲੀ ਬੀਜਣ ਦਾ ਫਾਇਦਾ, ਲਾਉਣ ਦਾ ਫਾਇਦਾ, ਐਗਰੀਮੈਂਟ ਵਾਲੀ ਦਾ ਹੀ ਫਾਇਦਾ ਜੀ, ਮਗਰ ਉਹ ਮੰਡੀ ਕਰਨ ਵਿੱਚ ਦਿੱਕਤ ਨਾ ਆਵੇ। ਹਾਂ ਜੀ, ਹੈ ਨਾ। ਚੱਲ, ਤੁਹਾਡੀ ਤਾਂ ਐਗਰੀਮੈਂਟ ਵਾਲੀ ਆ ਵੀ ਵਿਕ ਜੂਗੀ ਇਹ, ਜੇ ਕੋਈ ਵੀਡੀਓ ਦੇਖ ਕੇ ਕੋਈ ਹੋਰ ਲਾ ਲਏ ਭਰਾ ਮਗਰ 8,000 ਮੈਂ ਉਹਨੂੰ ਕਿੱਥੇ ਵੇਚਾਂ, ਫਿਰ ਦਿੱਕਤ ਵਾਲੀ ਗੱਲ ਆ ਨਾ, ਉਹਦੀ ਤਾਂ ਦਿੱਕਤ ਬਹੁਤ ਆਊਗੀ। ਹਾਂ, ਅਤੇ ਹੋਰ ਵੀ ਆਸੇ ਪਾਸੇ ਆਪਣੇ ਵੰਗੀ ਪਿੰਡ ਦੇ ਵਿੱਚ ਕਈ ਥਾਂ ਦੇਖੀਏ ਲੱਗੀ ਇਹ, ਹੈ ਨਾ। ਹਾਂ, ਬਹੁਤ ਥਾਂ। ਇਹ ਤੁਹਾਡੀ ਦੇਖ ਰੇਖ ਨਾਲ ਲੱਗੀ ਹੈ ਕਿ ਡਾਇਰੈਕਟ ਹੀ ਐਗਰੀਮੈਂਟ ਹੈ ਉਹਨਾਂ ਨਾਲ? ਨਾ ਨਾ, ਆਪਣੇ ਮੰਨ ਲਾ ਆਪੇ ਮੰਨ ਲਾ ਦਿੱਤਾ ਜੀ ਵੀ। ਅੱਛਾ, ਬਾਕੀ ਇੱਧਰ ਦਾਬਾ ਵਾਲੀ ਕਰਨੀ ਹੈ ਜੀ ਹਰਿਆਣੇ 'ਚ। ਅੱਛਾ, ਅਤੇ ਇੱਧਰ ਬਹੁਤ ਦਿੱਤਾ ਜੀ ਕਾਲੇ ਵਾਲੀ ਕਰਨੀ। ਸ਼ੁਰੂਆਤ ਕਿਹਨੇ ਕੀਤੀ ਸੀ ਪਿੰਡ ਦੇ ਵਿੱਚ ਇਹਦੀ? ਫਿਰ ਸ਼ੁਰੂਆਤ ਕੀਤੀ ਸੀ ਮੰਨ ਲਾ ਜੀ ਚਾਚਾ ਜੀ ਕਹਿੰਦੇ ਜੀ। ਅੱਛਾ, ਪੰਚ ਨੇ ਜੀ। ਅੱਛਾ ਅੱਛਾ, ਉਹ ਲੈ ਕੇ ਨੇ ਜਿਹੜੇ ਆਪਣੇ ਜੈਲਦਾਰ ਸਾਹਿਬ ਵਾਲੇ? ਅੱਛਾ, ਆਪਣੇ ਮਾਸਟਰ ਮਾਈਂਡ ਸਕੂਲ ਵਾਲੇ ਨੇ? ਹਾਂ ਜੀ, ਉਹਨਾਂ ਤੋਂ ਲਿੱਤਾ ਸੀ ਆਪਾਂ 2 ਕਿੱਲੇ। ਅੱਛਾ, ਹਾਂ, ਉਹਨਾਂ ਨੇ ਇਹ ਚੀਜ਼ ਮੈਨੂੰ ਐਂ ਲੱਗਦਾ ਵੀ ਆਪਣੇ ਏਰੀਏ 'ਚ ਇਹੀ ਲੈ ਕੇ ਜੈਲਦਾਰ ਹੀ ਲੈ ਕੇ ਆਏ ਸੀ ਨਾ, ਇਹੀ ਲੈ ਕੇ ਪਹਿਲ ਦੇ ਆਧਾਰ 'ਤੇ। ਹਾਂ, ਉਦੋਂ ਬਾਅਦ ਤੁਸੀਂ ਆ ਗਏ ਦੂਜੇ ਨੰਬਰ 'ਤੇ ਨਾ? ਦੂਜੇ ਨੰਬਰ 'ਤੇ। ਹਾਂ, ਤੁਸੀਂ ਵੀ ਇਹਦੀ ਵਧੀਆ ਮਤਲਬ ਕਿ ਪੈਦਾਵਾਰ ਲੈਤੀ। ਹਾਂ ਜੀ। ਅਤੇ ਹਰਪ੍ਰੀਤ ਬਾਈ, ਤੁਹਾਨੂੰ 12 ਸਾਲ ਹੋ ਗਏ ਲਾਉਂਦੇ ਨੂੰ ਨਾ, ਅਤੇ ਤੁਹਾਡਾ ਤਜਰਬਾ ਐਕਸਪੀਰੀਅੰਸ ਤੁਹਾਡਾ ਕਿੰਨਾ ਕਿਵੇਂ ਰਿਹਾ ਇਸ ਮਤਲਬ ਲਾਉਣ ਦਾ, ਵੀ ਵਧੀਆ ਸੰਤੁਸ਼ਟ ਹੋ ਤੁਸੀਂ ਲਾ ਕੇ? ਹਾਂ, ਵਧੀਆ ਜੀ। ਅੱਛਾ, ਵੀ ਕੋਈ ਦਿੱਕਤ ਵਾਲੀ ਹੁਣ ਕੋਈ ਗੱਲ ਨਹੀਂ ਹੁੰਦਾ, ਤੁਸੀਂ ਇਹਦੇ ਪੂਰੇ ਮਾਸਟਰ ਮਾਈਂਡ ਬਣ ਗਏ ਹੋ ਨਾ? 12 ਸਾਲਾਂ ਬਾਅਦ 'ਚ ਤਾਂ ਤੁਸੀਂ ਮਤਲਬ ਬਹੁਤ ਤਜਰਬਾ ਆ ਜਾਂਦਾ ਇਸ ਚੀਜ਼ ਦਾ। ਹਾਂ ਜੀ। ਅਤੇ ਜੇ ਕੋਈ ਸੁੱਖ ਭਰਾ ਕੋਈ ਨੇੜੇ ਤੇੜੇ ਜਾਂ ਕੋਈ ਹੋਰ ਲਾਉਣਾ ਚਾਹਵੇ, ਅਤੇ ਉਹਦੇ ਲਈ ਕੋਈ ਤੁਹਾਡੇ ਕੋਲ ਹੈ ਕੋਈ ਆਪਸ਼ਨ? ਕੋਈ ਮੰਨ ਲਾ ਜੀ ਆਪਾਂ ਕੰਟੈਕਟ ਕਰ ਸਕਦੇ ਜੀ। ਅੱਛਾ, ਤੁਸੀਂ ਵੀ ਕੰਟੈਕਟ ਕਰ ਸਕਦੇ ਉਹਨਾਂ ਨਾਲ? ਹਾਂ, ਕੰਟੈਕਟ ਕਰ ਸਕਦੇ। ਅੱਛਾ, ਮੰਨ ਲਾ ਜੇ ਕੋਈ ਵੀਰ ਭਰਾ ਮੰਨ ਲਾ ਲਾਉਣਾ ਚਾਹੁੰਦਾ ਜੀ, ਆਪਾਂ ਮੰਨ ਲਾ ਕੰਪਨੀ ਵਾਲਿਆਂ ਨਾਲ ਮੰਨ ਲਾ ਗੱਲਬਾਤ ਵੀ ਕਰਾ ਸਕਦੇ ਹਾਂ ਜੀ। ਅੱਛਾ, ਫਿਰ ਤਾਂ ਮਤਲਬ ਕਿ ਤੁਸੀਂ ਅੱਗੇ ਵੀ ਉਹ ਕਰ ਸਕਦੇ ਹੋ ਨਾ। ਹਾਂਜੀ, ਕਿਸਾਨ ਭਰਾ ਬਾਈ ਹਰਪ੍ਰੀਤ ਨੇ ਆਪਾਂ ਨੂੰ ਮੂਲੀ ਦੀ ਖੇਤੀ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਨਾ, ਜਾਣਕਾਰੀ ਵਧੀਆ ਲੱਗੀ, ਚੰਗੀ ਲੱਗੀ। ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਉ ਤਾਂ ਜੋ ਕਿ ਕਿਸਾਨ ਭਰਾਵਾਂ ਤੱਕ ਇਹ ਵੀਡੀਓ ਪਹੁੰਚ ਸਕੇ। ਚੰਗਾ ਬਾਈ ਹਰਪ੍ਰੀਤ, ਅਣਖ ਚੈਨਲ ਨੂੰ ਟਾਈਮ ਦੇ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ।